ਗਲਾ ਘੁੱਟ ਕੇ ਮਾਰ ਦਿੰਦੇ ਸੀ। ਉਹ ਤੁਸੀਂ ਹੀ ਸੀ ਜਿਹੜੇ ਘੜੇ ਵਿੱਚ ਬੰਦ ਕਰਕੇ ਜ਼ਮੀਨ ਵਿੱਚ ਨੱਪ ਦਿੰਦੇ ਸੀ, ਤੇ ਅੱਜ ਵੀ ਉਹ ਤੁਸੀਂ ਹੀ ਹੋ ਜਿਹੜੇ ਕੁੱਖਾਂ ਵਿੱਚ ਕਤਲ ਕਰਾਉਂਦੇ ਹੋ। ਉਹ ਪਾਗਲੋ ਸੁਣੋ, ਗੌਰ ਨਾਲ ਸੁਣੋ, ਪੁੱਤਰ ਅਕਸਰ ਮਾਪਿਆਂ ਨੂੰ ਧੱਕੇ ਮਾਰਦੇ ਨੇ ਤੇ ਧੀਆਂ ਸਾਂਭਦੀਆਂ ਨੇ। ਉਹ ਹਾਂ ਸੱਚ, ਕਿਤੇ ਤੁਹਾਡੀ ਧੀ ਅਨਪੜ੍ਹ ਤੇ ਨਹੀਂ? ਆਓ ਵੇਖੀਏ ਕੀ ਫਰਕ ਹੁੰਦਾ ਹੈ ਇੱਕ ਪੜ੍ਹੀ ਲਿਖੀ ਤੇ ਅਨਪੜ੍ਹ ਧੀ ਦੇ ਵਿੱਚ। ਤੂੰ ਕਿਸ ਸਵੇਰੇ ਸ਼ਾਮ ਕਿਤਾਬਾਂ ਨੂੰ ਚੱਟਦੀ ਰਹਿੰਦੀ ਹੈ? ਦਿਸ਼ ਦੇਣੀ ਕਿਤਾਬਾਂ ਜ਼ਿੰਦਗੀ ਨੇ, ਪਾਗਲੇ ਕਿਤਾਬਾਂ ਜ਼ਿੰਦਗੀ ਨੇ, ਮੋਬਾਈਲ ਜ਼ਿੰਦਗੀ ਨੇ, ਫਿਲਮਾਂ ਜ਼ਿੰਦਗੀ ਨੇ ਤੇ ਡਰਾਮੇ ਜ਼ਿੰਦਗੀ ਨੇ। ਬੇਟੀ ਕਿਤੇ ਫਿਲਮਾਂ ਤੇ ਡਰਾਮੇ, ਤੇਰੀ ਜ਼ਿੰਦਗੀ ਦਾ ਇੱਕ ਡਰਾਮਾ ਨਾ ਬਣਾ ਕੇ ਰੱਖ ਦੇ। ਨੀ ਡਰਾਮਾ ਬਣੇ ਤੂੰ, ਨਾਲੇ ਬਣੇ ਤੇਰਾ ਟੱਬਰ, ਬੜੀ ਟੀਸੀ ਬਣ ਜਾਣਾ ਤੂੰ ਪੜ੍ਹ ਕੇ। ਥਾਈ ਥਾਈ ਟੀਸੀ ਵੀ ਲੋਕ ਹੀ ਬਣਦੇ ਨੇ, ਨਾਲੇ ਕੀ ਪਤਾ ਮੈਂ ਵੀ ਬਣ ਜਾ। ਭਾਵੇਂ ਤੂੰ ਡੀਸੀ ਬਣੇ ਤੇ ਭਾਵੇਂ ਤੂੰ ਟੀਸੀ, ਮੇਰੀ ਗੱਡੀ ਦੀ ਬਰਾਬਰੀ ਨਹੀਂ ਕਰ ਸਕਦੀ। ਨਾਲੇ ਤੂੰ ਨੱਕੀ ਸਬਜ਼ੀਆਂ ਵੀ ਬਣਾ ਲੈਂਦੀ ਏ, ਸਫਾਈਆਂ ਵੀ ਕਰ ਲੈਂਦੀ ਏ, ਭਾਂਡੇ ਵੀ ਮਾਂਜ ਲੈਂਦੀ ਏ। ਹਾਏ ਮੇਰੀ ਸ਼ਿੰਦੀ ਧੀ, ਹਾਏ ਜੀ। ਉਹ ਗੱਲ ਤਾਂ ਠੀਕ ਹੈ, ਪਰ ਸ਼ਰਨ ਦੀ ਪੜ੍ਹਾਈ ਦਾ ਵੀ ਖਿਆਲ ਰੱਖੋ, ਉਹ ਵੀ ਜ਼ਰੂਰੀ ਹੈ। ਚਾਚੀ ਮੈਂ ਨਹੀਂ ਪੜ੍ਹਨਾ ਪੁੜਨਾ, ਕਿਤਾਬਾਂ ਚ ਕੀ ਰੱਖਿਆ ਵਾ? ਆਹੋ ਆਪਾਂ ਕੀ ਕਰਨਾ, ਪੜ੍ਹ ਕੇ ਪੜ੍ਹਾਈ ਸਵਾਹ ਚ ਪਾਣੀ ਹੈ। ਦਸ ਸਾਲ ਬੀਤ ਗਏ, ਇੱਕੋ ਵੇਲੇ ਦੀਆਂ ਦੋ ਧੀਆਂ, ਇੱਕ ਅਨਪੜ੍ਹ ਰਹਿ ਗਈ ਤੇ ਇੱਕ ਪੜ੍ਹ ਲੈ ਗਈ। ਆਓ ਵੇਖੀਏ ਅੱਜ ਉਸ ਵੇਲੇ ਵਿੱਚ ਕੀ ਚੱਲ ਰਿਹਾ ਹੈ। ਹੈਲੋ, ਹਾਂਜੀ ਮੰਮਾ। ਪੁੱਤ ਕੀ ਤੂੰ ਵਿਹਲੀ ਹੈ? ਹਾਂਜੀ ਮੰਮਾ, ਦੱਸੋ ਜਲਦੀ ਕੀ ਕੰਮ ਆ? ਪੁੱਤ ਤੇਰੀ ਭੈਣ ਸ਼ਰਨ ਅੱਧ ਮੂਹੀ ਪਈ ਹੈ, ਜਾਨਵਰਾਂ ਵਾਂਗ ਘੁੱਟਦਾ ਹੈ ਉਸਦਾ ਘਰ ਵਾਲਾ। ਮੰਮਾ ਮੇਰੀ ਸ਼ਰਨ ਨਾਲ ਗੱਲ ਕਰਾਓ। ਲੈ ਪੁੱਤ ਕਰ ਆਪਣੀ ਭੈਣ ਦੇ ਨਾਲ ਗੱਲ। ਹੈਲੋ ਹੈਲੋ, ਹਾਂ ਸ਼ਰਨ ਬੋਲ। ਮੇਰੇ ਮੇਰਾ ਘਰ ਵਾਲਾ ਮੈਨੂੰ ਜਾਨਵਰਾਂ ਵਾਂਗ ਘੁੱਟਦਾ ਹੈ, ਭੈਣੇ ਬਚਾ ਲੈ ਮੈਨੂੰ। ਸ਼ਰਨ ਤੂੰ ਤਾਂ ਬਚੇਗੀ, ਪਰ ਹੁਣ ਉਹਨੂੰ ਕੌਣ ਬਚਾਵੇਗਾ ਜਿੰਨੇ ਤੇਰੀ ਇੰਨੀ ਮਾੜੀ ਹਾਲਤ ਕੀਤੀ ਹੈ? ਅਜਿਹਾ ਸੂਤ ਕਰੂੰਗੀ ਨਾ ਕਿ ਉਹਦੀਆਂ ਸੱਤ ਪੀੜੀਆਂ ਵੀ ਕੰਬਣਗੀਆਂ। ਜਿਉਂਦੀ ਵਸਦੀ ਰਹਿ ਮੇਰੀਆਂ ਭੈਣੇ, ਜਿਉਂਦੀ ਵਸਦੀ ਰਹਿ। ਓਕੇ ਬਾਏ ਬਾਏ। ਚਾਚੀ, ਕਾਸ਼ ਮੇਰੀ ਮਾਂ ਵੀ ਤੇਰੇ ਵਰਗੀ ਹੁੰਦੀ, ਮੈਂ ਵੀ ਪੜ੍ਹਦੀ, ਚੰਗੀ ਨੌਕਰੀ ਕਰਦੀ ਤੇ ਆਪਣਾ ਚੰਗਾ ਭਵਿੱਖ ਬਣਾਉਂਦੀ। ਹਾਂ ਮੈਂ ਗੁਨਾਹਗਾਰ ਹਾਂ, ਹਾਂ ਮੈਂ ਗੁਨਾਹਗਾਰ ਹਾਂ, ਤੇ ਹਰ ਮਾਂ ਬਾਪ ਗੁਨਾਹਗਾਰ ਹੈ ਜੋ ਆਪਣੀ ਧੀ ਨਹੀਂ ਪੜ੍ਹਾਊਗਾ। ਸੁਣੋ ਦੁਨੀਆ ਵਾਲਿਓ, ਜੇ ਧੀ ਬਚਾਉਣੀ ਪਵੇਗੀ ਤਾਂ ਧੀ ਪੜ੍ਹਾਉਣੀ ਪਵੇਗੀ, ਧੀ ਬਚਾਉਣੀ ਪਵੇਗੀ ਤਾਂ ਧੀ ਪੜ੍ਹਾਉਣੀ ਪਵੇਗੀ। ਹਾਂਜੀ ਦੋਸਤੋ, ਕੀ ਖਿਆਲ ਹੈ ਤੁਹਾਡਾ ਕਿ ਹੁਣ ਵੀ ਤੁਸੀਂ ਆਪਣੀ ਧੀ ਨੂੰ ਨਹੀਂ ਪੜ੍ਹਾਓਗੇ? ਆਓ ਸਾਰੇ ਰਲ ਮਿਲ ਮੁਹਿੰਮ ਚਲਾਈਏ ਤੇ ਸਾਰੀਆਂ ਧੀਆਂ ਨੂੰ ਰਲ ਮਿਲ ਪੜ੍ਹਾਈਏ। ਆਓ ਸਾਰੇ ਮੁਹਿੰਮ ਚਲਾਈਏ ਤੇ ਸਾਰੀਆਂ ਧੀਆਂ ਨੂੰ ਰਲ ਮਿਲ ਪੜ੍ਹਾਈਏ। ਬੇਟੀ ਪੜ੍ਹਾਓ, ਬੇਟੀ ਬਚਾਓ, ਬੇਟੀ ਬਚਾਓ, ਬੇਟੀ ਪੜ੍ਹਾਓ, ਬੇਟੀ ਬਚਾਓ, ਬੇਟੀ ਪੜ੍ਹਾਓ। ਨਾ ਜੀ ਨਾ, ਆਵਾਜ਼ ਘੱਟ ਆਈ ਆ। ਹਾਂਜੀ, ਬੇਟੀ ਪੜ੍ਹਾਓ, ਬੇਟੀ ਪੜ੍ਹਾਓ, ਬੇਟੀ ਪੜ੍ਹਾਓ। ਜੇਕਰ ਤੁਹਾਨੂੰ ਆਪਣੀਆਂ ਬੇਟੀਆਂ ਦਾ ਅਤੇ ਇੱਕ ਬੇਟਾ ਸੀਗਾ ਵਿੱਚ ਉਹਨਾਂ ਦਾ ਨਾਟਕ ਪਸੰਦ ਆਇਆ ਤਾਂ ਜ਼ੋਰਦਾਰ ਤਾਲੀਆਂ ਇਹਨਾਂ ਵਾਸਤੇ।